ਕੇਂਦਰ ਸਰਕਾਰ ਵੱਲੋਂ ਜਲੰਧਰ ਤੋਂ ਦਿੱਲੀ ਵਾਇਆ ਧਰਮਕੋਟ ਮੋਗਾ ਬਧਣੀ ਬਣਾਏ ਜਾਣ ਵਾਲੇ ਨੈਸ਼ਨਲ ਹਾਈਵੇ ਲਈ ਕਿਸਾਨਾਂ ਦੀ ਐਕਵਾਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਵਜੋਂ ਕੇਂਦਰ ਤੋਂ ਆਈ 150 ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਖੇਤੀਬਾੜੀ ਮੰਤਰੀ ਤੋਤਾ ਸਿੰਘ ਵੱਲੋਂ ਕਿਸਾਨਾਂ ਨੂੰ ਵੰਡੇ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਦੀਪ ਸਿੰਘ ਵੈਦ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਲੰਧਰ ਤੋਂ ਦਿੱਲੀ ਜਾਣ ਵਾਲੇ ਨੈਸ਼ਨਲ ਹਾਈਵੇ ਲਈ ਕਿਸਾਨਾਂ ਦੀਆਂ ਐਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦੇ ਮੁਆਵਜ਼ੇ ਵਜੋਂ 150 ਕਰੋੜ ਰੁਪਏ ਦੇ ਚੈੱਕ ਕਿਸਾਨਾਂ ਨੂੰ ਵੰਡੇ ਗਏ ਹਨ, ਜਦਕਿ ਇਸ ਤੋਂ ਪਹਿਲਾਂ ਵੀ 36 ਕਰੋੜ ਰੁਪਏ ਦੇ ਚੈੱਕ ਵੰਡੇ ਜਾ ਚੁੱਕੇ ਹਨ। ਟੋਟਲ ਚੈੱਕ ਅਸੀਂ ਹੁਣ ਤੱਕ 150 ਕਰੋੜ ਰੁਪਏ ਦੇ ਚੁੱਕੇ ਹਾਂ ਅਤੇ ਸਾਡਾ ਟਾਰਗੇਟ ਹੈ ਕਿ ਜਿਹੜੀ ਸਾਡੀ ਰੈਸਟ ਮਨੀ ਹੈ ਉਹਨੂੰ ਅਸੀਂ ਘੱਟੋ ਘੱਟ 15 ਤਰੀਕ ਤੱਕ ਸਾਰੇ ਜਿੰਨੇ ਵੀ ਲੋਕਾਂ ਦੇ ਚੈੱਕ ਬਣਦੇ ਉਹ ਦੇ ਦਈਏ ਅਤੇ ਟੋਟਲ ਜਿਹੜਾ ਰਕਬਾ ਅਕੁਆਇਰ ਹੋਇਆ ਉਹ ਤਕਰੀਬਨ 402 ਏਕੜ ਦੇ ਕਰੀਬ ਅਕੁਆਇਰ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਅਕੁਆਇਰ ਕੀਤੀ ਜ਼ਮੀਨ ਦਾ ਪੂਰਾ ਮੁੱਲ ਮਿਲਿਆ ਹੈ ਅਤੇ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ। ਆਈਆ ਬਾਈਪਾਸ ਨਿਕਲਣਾ ਉਹਦੇ ਵਾਸਤੇ ਜੋ ਸਾਨੂੰ ਸਰਕਾਰ ਨੇ ਮੁਆਵਜ਼ਾ ਦਿੱਤਾ ਉਹਦੇ ਵਾਸਤੇ ਠੀਕ ਆ ਜੀ। ਅਤੇ 4.5 ਸਾਲ ਹੋ ਗਏ ਜੋ ਨਿਸ਼ਾਨੀਆਂ ਲੈ ਕੇ ਗਏ, ਅਜੇ ਜਾਣੀ ਉਹ ਨਿਸ਼ਾਨੀਆਂ ਲਾਈਆਂ ਨੇ ਜ਼ਮੀਨ, ਉਹ ਕਣਕ ਸਾਡੀ ਬੀਜੀ ਹੈ, ਅਜੇ ਇਹਨਾਂ ਨੇ ਫਸਲ ਜਿਹੜੀ ਵੱਢੀ ਤੋਂ ਬਾਅਦ ਇਹਨਾਂ ਕਹਿੰਦੇ ਕਬਜ਼ਾ ਲੈਣਗੇ ਜੀ। ਹਾਂਜੀ ਹਾਂਜੀ ਠੀਕ ਆ, ਉਹਦੇ ਵਾਸਤੇ ਜੋ ਮਿਲ ਗਿਆ ਸਾਨੂੰ ਠੀਕ ਆ ਸਪੋਰਟ ਉਹਦੇ ਵਾਸਤੇ। ਹਾਂਜੀ ਠੀਕ ਠੀਕ ਆ ਜੀ। ਚੈੱਕ ਜੀ ਸਾਡਾ ਜਿਹੜਾ ਨੈਸ਼ਨਲ ਹਾਈਵੇ 71 'ਚ ਆਇਆ ਜੀ, ਇਹ ਉਹ ਬੈਲੀ ਦਾ ਸਾਨੂੰ 50 ਭਰਾਉਣ ਚੈੱਕ ਮਿਲਿਆ ਜੀ, 1,94,954 ਰੁਪਏ ਦਾ। ਕਿੰਨੀ ਜਗ੍ਹਾ ਤੁਹਾਡੀ ਅਕੁਆਇਰ ਹੋਈ? ਸਾਡੀ ਕਨਾਲ 20 ਮਰਲੇ ਤੋਤੇ ਜੀ। ਕਿੰਨੇ ਕੁ ਹੋਰ ਹੈਗੇ ਤੁਹਾਡੇ ਇੱਥੇ ਪਿੰਡ ਦੇ ਬੰਦੇ ਜਿਹਨੇ ਜਗ੍ਹਾ ਅਕੁਆਇਰ ਹੋਈ ਆ? ਸਾਡੇ ਪਿੰਡ ਦੇ ਹੈਗਾ ਜੀ 20-25 ਬੰਦੇ ਇੱਥੇ। ਅੱਜ ਸਾਰਿਆਂ ਨੂੰ ਚੈੱਕ ਮਿਲੇ? ਹਾਂਜੀ, ਕੁਛ ਬੰਦੇ ਨਹੀਂ ਵੀ ਆਏ ਗਏ ਅਤੇ ਉਹ ਹੁਣ ਅਗਲੀ ਡੇਟ 'ਚ ਜਿਹੜਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਗਿਆ ਤੁਹਾਡੀ ਜ਼ਮੀਨ ਦਾ, ਸੰਤੁਸ਼ਟ ਹੋ ਤੁਸੀਂ? ਹਾਂਜੀ, ਅਸੀਂ ਬਿਲਕੁਲ ਸੰਤੁਸ਼ਟ ਹਾਂ। ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਨੈਸ਼ਨਲ ਹਾਈਵੇ ਲਈ ਸੂਬੇ ਦੇ ਕਿਸਾਨਾਂ ਦੀ 402 ਏਕੜ ਜ਼ਮੀਨ ਅਕੁਆਇਰ ਕੀਤੀ ਗਈ ਹੈ, ਜਿਸ ਦੇ ਮੁਆਵਜ਼ੇ ਵਜੋਂ ਤਕਰੀਬਨ 150 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ ਜੋ ਅੱਜ ਕਿਸਾਨਾਂ ਨੂੰ ਵੰਡ ਦਿੱਤੀ ਗਈ ਹੈ। ਅਪੀਲ ਸੁਣ ਕੇ ਲੋਕਾਂ ਨੂੰ ਪੂਰਾ ਇਨਸਾਫ ਦਿੱਤਾ, ਤਾਂ ਕਿਸੇ ਨੂੰ ਵੀ ਅਪੀਲ 'ਚ ਨਾ ਜਾਣਾ ਪਿਆ। ਅਸੀਂ ਨਹੀਂ ਚਾਹੁੰਦੇ ਸਾਡੇ ਕਿਸਾਨ ਭਰਾ ਅਦਾਲਤਾਂ ਜਾਂਦੇ ਫਿਰ, ਨਾਲੇ ਜ਼ਮੀਨ ਦੇ ਨਾਲ ਅਦਾਲਤਾਂ ਫਿਰ, ਕਿ ਸਭ ਦੀ ਤਸੱਲੀ ਦੇ ਮੁਤਾਬਕ ਉਹਨੂੰ ਇਨਸਾਫ ਦਿੱਤਾ। ਕਿੰਨੀ ਕੁ ਜਗ੍ਹਾ ਜੀ ਹੈਗੀ ਅਕੁਆਇਰ? 626 ਕਰੋੜ ਰੁਪਈਏ ਜਿਹੜਾ ਹੈਗਾ ਅੱਜ, ਬਾਕੀ ਦੇਣੇ ਆ ਆਪ ਪੈਸੇ ਆਉਣੇ ਆ ਨੈਸ਼ਨਲ ਹਾਈਵੇ ਦੇ, ਜਿੰਨੇ ਆਏ ਸੀ 150 ਕਰੋੜ ਦੇ ਕਰੀਬ ਚੱਕ ਦਿੱਤੇ ਆ। ਜਿਵੇਂ ਜਿਵੇਂ ਪੈਸੇ ਸੈਂਟਰ ਦੇ ਆਈ ਜਾਂਦੇ ਆ, ਸਾਨੂੰ ਆਸ ਆ 2-3 ਮਹੀਨੇ ਸਾਰੇ ਪੈਸੇ ਆ ਜਾਣੇ। ਟੋਟਲ 626 ਕਰੋੜ ਇਹਨਾਂ ਤਿੰਨਾਂ ਸਾਡੀਆਂ ਜਿਹੜੇ ਕਿਸਾਨਾਂ ਦੀ ਜ਼ਮੀਨ ਆ, 402 ਏਕੜ ਦੇ ਕਰੀਬ ਜ਼ਮੀਨ ਸੀ, 626 ਕਰੋੜ ਰੁਪਇਆ ਮਿਲ ਰਿਹਾ ਲੋਕਾਂ ਨੂੰ। ਹਰਪਾਲ ਪਾਲ, ਗਲੋਬਲ ਪੰਜਾਬੀ ਨਿਊਜ਼, ਮੋਗਾ।